ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਵਿਚਕਾਰ ਸਾਡੇ ਪੁਰਾਣੇ ਮਿੱਤਰ ਸਰ ਬ੍ਰਹਮਜੀਤ ਸਿੰਘ ਜੀ, SDO ਲੋਕ ਨਿਰਮਾਣ ਵਿਭਾਗ ਪੰਜਾਬ ਸਾਡੇ ਕੋਲ ਆਏ ਨੇ ਅਤੇ ਉਹਨਾਂ ਦੇ ਅੱਖਾਂ ਚੈੱਕ ਕਰਨ ਤੋਂ ਬਾਅਦ ਉਹਨਾਂ ਨਾਲ ਕੁਛ ਆਪਾਂ ਵਿਚਾਰ ਸਾਂਝੇ ਕੀਤੇ ਹੈਗੇ ਅਤੇ ਮੈਂ ਦੱਸਣਾ ਚਾਹਾਂਗਾ। ਬ੍ਰਹਮਜੀਤ ਜੀ ਬਹੁਤ ਵਧੀਆ ਇਨਸਾਨ ਨੇ ਅਤੇ ਅਨੰਦਪੁਰ ਸਾਹਿਬ ਪੋਸਟਿੰਗ ਹੈ ਅਤੇ ਉੱਥੇ ਬਹੁਤ ਹੀ ਵਧੀਆ ਸਮਾਜ ਭਲਾਈ ਸੇਵਾ ਵੀ ਨਾਲ ਕਰਦੇ ਆ ਰਹੇ ਨੇ। ਸੋ ਆਓ ਆਪਾਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰੀਏ। ਮੈਂ ਬ੍ਰਹਮਜੀਤ ਸਿੰਘ, ਮਹਿਕਮਾ ਲੋਕ ਨਿਰਮਾਣ ਵਿਭਾਗ ਵਿੱਚ ਬਤੌਰ SDO ਤੈਨਾਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਵੈਸੇ ਤਾਂ ਜਿਹੜਾ ਸਾਡਾ ਜ਼ਿਲ੍ਹਾ ਰੋਪੜਾ ਰੂਪਨਗਰ ਹੈ ਉਹ ਗ੍ਰੀਨ ਜ਼ੋਨ ਦੇ ਵਿੱਚ ਆਉਂਦਾ, ਪਰ ਕਿਉਂਕਿ ਮੈਂ ਪਿਛਲੇ ਡੇਢ ਮਹੀਨੇ ਤੋਂ ਐਜ ਏ ਗੌਰਮੈਂਟ ਸਰਵਿਸ ਇਸ ਬਿਮਾਰੀ ਨਾਲ ਵਾਪਸਤਨ ਦੀ ਕਰੋਨਾ ਆਪਣੇ ਵਾਇਰਸ ਫੈਲਿਆ, ਉਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਵਰਗ ਨਾਲ ਸਾਡਾ ਵਾਹ ਪੈਂਦਾ, ਹਰ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ। ਜਿਹੜੀਆਂ ਚੀਜ਼ਾਂ ਮੈਂ ਇਸ ਤਰ੍ਹਾਂ ਸਿੱਖੀਆਂ ਨੇ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਨੂੰ ਅਡੋਪਟ ਕਰਨੀ ਚਾਹੀਦੀ ਹੈ। ਪਹਿਲੀ ਗੱਲ ਤਾਂ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਵੀ ਇਸ ਡਰ ਨੂੰ ਜਾਂ ਪੂਰੀ ਤਰ੍ਹਾਂ ਮੁਕਤੀ ਪਾਉਣ ਲਈ ਸੋਸ਼ਲ ਡਿਸਟੈਂਸਿੰਗ, ਦੂਸਰਾ ਘਰ ਰਹਿਣਾ, ਕਿਉਂਕਿ ਸਰਕਾਰ ਵੱਲੋਂ ਜਾਂ ਜਿਹੜੇ ਅਸੀਂ ਲੋਕ ਸਰਵਿਸ ਕਰਦੇ ਹਾਂ ਸਾਡੇ ਵੱਲੋਂ ਤਾਂ ਕੋਸ਼ਿਸ਼ਾਂ ਬਹੁਤ ਨੇ ਵੀ ਅਸੀਂ ਤੁਹਾਨੂੰ ਹਰ ਚੀਜ਼ ਘਰ ਪ੍ਰੋਵਾਈਡ ਕਰੀਏ, ਭਾਵੇਂ ਖਾਣੇ ਦੀ ਗੱਲ ਹੋਵੇ, ਭਾਵੇਂ ਦਵਾਈਆਂ ਦੀ ਗੱਲ ਹੋਵੇ ਜਾਂ ਕਿਸੇ ਹੋਰ ਕਿਸਮ ਦੀ, ਪਰ ਜਿਹੜਾ ਤੁਹਾਨੂੰ ਅਸੀਂ ਲੋਕ ਜਾਂ ਜਿਹੜੇ ਸਾਡੇ ਪੈਰਾਮੈਡੀਕਲ ਡਾਕਟਰ ਆਪਣੀਆਂ ਜ਼ਿੰਦਗੀਆਂ ਦਾਅ 'ਤੇ ਲਾ ਕੇ ਜਾਂ ਜਿਹੜੇ ਸਾਡੇ ਫੋਰਸਿਸ ਦੇ ਜਵਾਨ ਦਾਅ 'ਤੇ ਲਾ ਕੇ ਤੁਹਾਡੀ ਸੁਰੱਖਿਆ ਵਾਸਤੇ ਵਾਵਸਥਾ ਨੇ, ਉਹਨਾਂ ਦੀ ਇੱਕੋ ਤੱਥ ਡਿਮਾਂਡ ਹੈ ਵੀ ਤੁਸੀਂ ਸਿਰਫ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ। ਜੇ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਜਾਂ ਦਰਵਾਜ਼ੇ ਨੂੰ ਹੱਥ ਲਾਉਣਾ ਤਾਂ ਤੁਸੀਂ ਜਿਹੜੇ ਆਪਣੇ ਸੈਨੀਟੇਸ਼ਨ ਤੁਹਾਨੂੰ ਪ੍ਰੋਪਰ ਹੈਂਡ ਵਾਸ਼ ਕਰਨੇ ਚਾਹੀਦੇ ਆ, ਜਿਹੜਾ ਕਿ ਤਰੀਕਾ ਵਾਰ ਵਾਰ ਟੈਲੀਵਿਜ਼ਨਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਤੁਹਾਡੇ ਤੱਕ ਪਹੁੰਚਦਾ। ਤੀਸਰੀ ਗੱਲ ਹੈ ਕਿ ਮਾਸਕ, ਮਾਸਕ ਵੀ ਬਹੁਤ ਜ਼ਰੂਰੀ ਹੈ, ਭਾਵੇਂ ਕਿ ਏਅਰ ਪੋਲਿਊਸ਼ਨ ਜਿਹੜਾ ਬਹੁਤ ਘੱਟ ਗਿਆ ਪਰ ਲੰਬੇ ਸਮੇਂ ਲਈ, ਕਿਉਂਕਿ ਬਿਮਾਰੀ ਜਿੰਨਾ ਚਿਰ ਵੈਕਸੀਨ ਇਹਦੀ ਆਜ਼ਾਦ ਨਹੀਂ ਹੁੰਦੀ ਉਹ ਉਨ੍ਹਾਂ ਚਿਰ ਤੱਕ ਸਾਨੂੰ ਇਹਦਾ ਬਹੁਤ ਧਿਆਨ ਰੱਖਣਾ ਪੈਣਾ, ਬਾਹਰ ਅੰਦਰ ਜਾਣਾ ਪੈਂਦਾ। ਅਸੀਂ ਕੀ ਕਰਦੇ ਹਾਂ, ਅਸੀਂ ਪੈਰਾਮੈਡੀਕਲ ਸਟਾਫ ਦਾ ਅਸੀਂ ਬਹੁਤ ਨੇੜੋਂ ਦੇਖਿਆ, ਬਹੁਤ ਹੀ ਲਗਨ ਨਾਲ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਕੰਮ ਕਰ ਰਹੇ ਨੇ, ਫੋਰਸਿਸ ਦਿਨ ਰਾਤ ਕੰਮ ਕਰਦੀਆਂ ਨੇ, ਥੋੜ੍ਹਾ ਬਹੁਤ ਅਸੀਂ ਵੀ ਯੋਗਦਾਨ ਪਾ ਰਹੇ ਨੇ। ਅਸੀਂ ਦੇਖਦੇ ਹਾਂ ਅਸਲ 'ਚ ਕੀ ਹੈ, ਪੰਜਾਬੀਆਂ ਜਾਂ ਦਾ ਸੁਭਾਅ ਲਾ ਲਓ ਜਾਂ ਕੁਛ ਏਰੀਆ ਕਰਕੇ ਲਾ ਲਓ ਵੀ ਅਸੀਂ ਕਈ ਗੱਲਾਂ ਨੂੰ ਲਾਈਟਲੀ ਲੈ ਜਾਂਦੇ ਹਾਂ, ਹਲਕੇ 'ਚ ਲੈ ਲੈਂਦੇ ਹਾਂ। ਅਸੀਂ ਅਕਸਰ ਹੀ ਕਿਸੇ ਮਾੜਾ ਮੋਟਾ ਬਾਜ਼ਾਰ ਖੁੱਲ੍ਹਣ ਅਤੇ ਦੁਕਾਨ ਖੁੱਲ੍ਹਣ 'ਤੇ ਭੀੜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਚਣਾ ਚਾਹੀਦਾ। ਇਹ ਬਿਲਕੁਲ ਕਲੀਅਰ ਹੈ, ਇਹ ਵਿਸ਼ਵ ਪੱਧਰ ਹੀ ਇੱਕ ਬਿਮਾਰੀ ਹੈ, ਅਗਰ ਇਹ ਫੈਲ ਜਾਂਦੀ ਹੈ ਤਾਂ ਉਹਨੂੰ ਰੋਕਣਾ ਬਹੁਤ ਔਖਾ ਹੈ, ਇਹ ਸਾਰਿਆਂ ਨੂੰ ਪਤਾ ਹੈ। ਵੱਡੇ ਵੱਡੇ ਜਿਹੜੇ ਮੁਲਕ ਨੇ ਅਮੈਰੀਕਾ ਵਰਗੇ ਉਹ ਜੂਝ ਰਹੇ ਨੇ, ਇਹ ਵੱਖਰੀ ਗੱਲ ਹੈ। ਹਿੰਦੁਸਤਾਨ ਨੇ ਬਹੁਤ ਪਹਿਲਾਂ ਸੋਸ਼ਲ ਡਿਸਟੈਂਸ ਅਤੇ ਲੋਕਡਾਊਨ ਦਾ ਕੰਮ ਸ਼ੁਰੂ ਕਰਤਾ ਸੀ, ਜਿਸ ਕਰਕੇ ਜਿੰਨੀ ਵੀ ਪ੍ਰਾਪਤੀ ਉਹ ਇਸ ਕਿਰ ਕਰਕੇ ਹੀ ਹੈ। ਮੈਂ ਇਹ ਇਸ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਸੇਫ ਰਹਿਣ ਵਾਸਤੇ ਆਪਣੀ ਆਉਂਦੀਆਂ ਪੀੜ੍ਹੀਆਂ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਦੋ ਚੀਜ਼ਾਂ ਦਾ, ਤਿੰਨ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ। ਇੱਕ ਤਾਂ ਲਾਅ ਐਂਡ ਆਰਡਰ ਨੂੰ ਤੁਸੀਂ ਮੇਨਟੇਨ ਕਰਨਾ, ਜੋ ਵੀ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਨੂੰ ਪਾਲਣਾ ਕਰਨੀ ਹੈ। ਦੂਸਰਾ, ਜਿਹੜੇ ਤੁਹਾਡੇ ਇਲਾਕੇ 'ਚ ਤੁਹਾਡੇ ਡਾਕਟਰਸ ਨੇ ਜਾਂ ਪੈਰਾਮੈਡੀਕਲ ਸਟਾਫ ਹੈ, ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇਸ ਵੇਲੇ ਸਾਰੇ ਜਿਹੜੇ ਹੋਰ ਝੂਠੇ ਦਾਅਵੇ ਕਰਦੇ ਸੀ ਕਿਸ ਤਰ੍ਹਾਂ ਦੀਆਂ ਕੋਈ ਗੈਬੀ ਸ਼ਕਤੀਆਂ ਨੇ, ਉਹ ਕੋਈ ਨਹੀਂ ਹੈ, ਅਸਲ ਜਿਹੜੇ ਕੰਮ ਨੇ ਹੌਸਪੀਟਲ 'ਤੇ ਡਾਕਟਰ ਹੀ ਆ ਰਹੇ ਨੇ। ਤੀਸਰਾ, ਮਾਸਕ ਪਹਿਨਣਾ, ਹੱਥਾਂ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਕਰਨਾ। ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਆਉਣ ਵਾਲੇ ਭਵਿੱਖ ਵਾਸਤੇ, ਚੰਗੇ ਭਵਿੱਖ ਵਾਸਤੇ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪੈਣਾ। ਧੰਨਵਾਦ। ਆਪਾਂ ਸਰਦਾਰ ਬ੍ਰਹਮਜੀਤ ਜੀ, SDO ਸਾਹਿਬ ਦੇ ਆਪਾਂ ਵਿਚਾਰ ਸੁਣੇ ਆ, ਆਓ ਆਪਾਂ ਇਹਨਾਂ ਵਿਚਾਰ ਦੇ ਅਮਲ ਕਰਕੇ ਆਪਾਂ ਕਰੋਨਾ ਦੀ ਮਹਾਂਮਾਰੀ ਜਿਹੜੀ ਹੈਗੀ ਉਹ ਤੋਂ ਬਚੀਏ। ਅਤੇ ਮੈਂ ਸਮੁੱਚੇ ਸਮਾਜ ਨੂੰ ਬੇਨਤੀ ਕਰਾਂਗਾ, ਸਾਡਾ ਇਹ ਸੁਨੇਹੇ ਜਿਹੜੇ ਹੈਗੇ ਦੂਰ ਤੁਹਾਡੇ ਤੱਕ, ਤੁਹਾਡੇ ਜਿਹੜੇ ਸੱਜਣ ਮਿੱਤਰ ਹੈਗੇ ਆ, ਸਾਡੀ ਵੀਡੀਓ ਨੂੰ ਸ਼ੇਅਰ ਕਰੋ ਅਤੇ ਮੈਕਸੀਮਮ ਲੋਕਾਂ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਹੋਰ ਨਵੀਆਂ ਹੈਲਥ ਐਜੂਕੇਸ਼ਨ ਵੀਡੀਓਜ਼ ਹੈਗੀਆਂ ਉਹ ਹਰ ਤੱਕ ਪਹੁੰਚ ਸਕਣ। ਥੈਂਕ ਯੂ।